ਘੰਟੇ ਹੋ ਗਏ ਨੇ ਪੱਤੀ ਗਈ ਦੋਸਤੋ, ਪਾਕਿਸਤਾਨੀਓ ਜ਼ੁਲਮ ਦੀ ਇੰਤਹਾ ਹੋ ਗਈ ਹੈ। 15 ਘੰਟੇ ਹੋ ਗਏ ਨੇ ਪੱਤੀ ਗਈ ਹੈ ਸਾਡੀ, ਹੈ ਬੱਚੇ ਬਿਲ ਬੁਲਾ ਰਹੇ ਨੇ, ਮਹਿਮਾਨ ਆਏ ਨੇ, ਹੈ ਘਰੋਂ ਚੋਂ ਮੰਜੀਆਂ ਕੱਢ ਕੇ ਗਲੀਆਂ ਜਡਾਈਆਂ ਨੇ, ਇਹ ਕੋਈ ਸਾਡੀ ਜ਼ਿੰਦਗੀ ਹੈ? ਬੰਜਾਰਾ ਅਸੀਂ ਬਣ ਗਏ, ਹਕੂਮਤਾਂ ਕਹਿੰਦੇ ਦੁੱਧ ਦੀਆਂ ਨਹਿਰਾਂ ਵਿਛਾ ਦਿੱਤੀਆਂ ਨੇ, ਕੋਈ ਉਮਰ ਫਰੂਕ ਦੀ ਹਕੂਮਤ ਕਰ ਰਿਹਾ ਤੇ ਕੋਈ ਜ਼ਾਲਮਾਂ ਦੀ ਹਕੂਮਤ ਕਰ ਰਿਹਾ। ਜੇ ਤੁਸੀਂ ਬਿੱਲ ਨਹੀਂ ਮਾਫ ਕਰਨੇ, ਹੈ ਆਣ ਕੇ ਸਟੇਜ ਤੇ ਝੂਠ ਬੋਲਦੇ ਹੋ ਤੇ ਫਾਇਦਾ ਕੀ? ਸਾਡੀ ਬੱਤੀ ਤੇ ਲਿਆਓ, ਬਿੱਲ ਲਵੋ, ਕਸਮ ਖੁਦਾ ਦੀ 45 ਹਜ਼ਾਰ ਆਇਆ ਤਾਰਿਆ, ਲੇਕਿਨ ਸਾਡਾ ਹੱਕ ਨਹੀਂ? ਜਾਂ ਸਾਨੂੰ ਆਉਂਦੀ ਮਾਰ ਦਿਓ, ਐਟਮ ਬੰਬ ਤੇ ਤੁਸੀਂ ਕਿਤੇ ਚਲਾਉਣਾ ਨਹੀਂ ਤੇ ਸਾਡੇ ਤੇ ਨਿੱਕਾ ਜਿਹਾ ਚਲਾ ਕੇ ਖਤਮ ਕਰੋ ਤੇ ਯਾਸ਼ੀਆਂ ਕਰੋ। ਹੈ ਡੇਢ ਡੇਢ ਮਰਲੇ ਚ ਅਸੀਂ ਰਹਿੰਦੇ ਹਾਂ, ਦੋ ਦੋ ਮਰਲੇ ਚ ਤੁਸੀਂ ਤਿੰਨ ਤਿੰਨ ਸੁੱਖ ਨਾਲ ਚ ਰਹਿੰਦੇ ਹੋ। ਤੁਹਾਡੇ ਕੋਲ ਜਨਰੇਟਰ, ਤੁਹਾਡੇ ਕੋਲ 500 ਨੌਕਰ, ਸਾਡੇ ਕੋਲ ਕੀ ਹੈ? ਸਾਡਾ ਕੁਝ ਛੀਨ ਲਿਆ ਜੇ ਸਾਡੇ ਕੋਲੋਂ, ਸਾਡੀ ਆਜ਼ਾਦੀ ਛੀਨ ਲਈ ਜੇ, ਸਾਡੇ ਸਾਹ ਛੀਨ ਲੈ ਜੇ, ਚਲੋ ਜਾਣ ਦਿਓ।